ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਹੈ ਜੀ ਸਾਰੇ ਵੀਰਾਂ ਦੇ ਸਭ ਤੋਂ ਪਹਿਲਾਂ ਤਾਂ ਚੈਨਲ ਦਾ WhatsApp ਨੰਬਰ ਕਰੋ ਜੀ ਨੋਟਸ ਸਕਰੀਨ ਤੇ ਬਰੀ ਜੇ ਕਿਸੇ ਵੀ ਨੇ ਕੋਠੀ ਦੀ ਮਕਾਨ ਦੀ ਗੱਡੀ ਦੀ ਮਸ਼ੀਨਰੀ ਦੀ ਐਡ ਕਰਾਉਣੀ ਹੈ ਜੀ ਵੇਚਣ ਵਾਸਤੇ ਤਾਂ ਜਿਹੜਾ ਨੰਬਰ ਆਪਣਾ ਸਕਰੀਨ ਤੇ ਹੈ ਜੀ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਜੀ ਤੇ ਦੋ ਤਿੰਨ ਮਿੰਟ ਦੀ ਵੀਡੀਓ ਬਾਕੀ ਦੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਆਪਣੇ WhatsApp ਨੰਬਰ ਤੇ ਸਾਰਾ ਕੁਝ ਭੇਜ ਸਕਦੇ ਹੋ ਤੇ ਇਹ ਤੁਹਾਡੀ ਲੱਗ ਜੂਗੀ ਇੱਕ ਬੇਨਤੀ ਹੈ ਜਦੋਂ ਕੋਈ ਵੀ ਗੱਡੀ ਮਸ਼ੀਨਰੀ ਕੁਝ ਵੀ ਆਪਣੇ ਕੋਲੇ ਭੇਜ ਦਿਓ ਜਿਹੜਾ ਉਹਨਾਂ ਦਾ ਰੇਟ ਆਫ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜ ਦੇਕੋ ਤੇ ਅੱਗੇ ਆਪਾਂ ਹੁਣ ਕਰਦੇ ਹਾਂ ਜੀ ਗੱਡੀਆਂ ਦੀ ਗੱਲ ਆਪਣੇ ਕੋਲੇ ਸਭ ਤੋਂ ਪਹਿਲੀ ਗੱਡੀ i10 ਹੁੰਡਾਈ ਦੀ ਪਹੁੰਚੀ ਆ ਜੀ 2009 ਮਾਡਲ ਗੱਡੀ ਐ ਤੇ 92000 ਕਿਲੋਮੀਟਰ ਗੱਡੀ ਚੱਲੀ ਆ ਜੀ ਰੇਟ ਐ 175000 ਅੰਮ੍ਰਿਤਸਰ ਤੋਂ ਗੱਡੀ ਆਪਣੇ ਕੋਲੇ ਪਹੁੰਚੀ ਆ ਤੇ ਪੰਜਾਬ ਨੰਬਰ ਐ ਜੀ ਵਧੀਆ ਟਾਇਰ ਨੇ ਵਧੀਆ AC ਟਰ ਐ ਵਧੀਆ ਬੈਟਰੀ ਐ ਤੇ ਵਧੀਆ ਸੀਟ ਕਵਰ ਆ ਵਧੀਆ ਮੈਟਿੰਗ ਐ ਤੇ ਗੱਡੀ ਦੀਆਂ ਫੋਟੋਆਂ ਚਾਰੇ ਪਾਸੇ ਚੱਲ ਰਹੀਆਂ ਤੁਸੀਂ ਦੇਖ ਰਹੇ ਹੋ ਜੀ ਤੇ ਗੱਡੀ ਕੋਈ ਐਕਸੀਡੈਂਟ ਨਹੀਂ ਹੋਈ ਤੇ ਬਿਲਕੁਲ ਨਵੀਂ ਵਰਗੀ ਸਾਫ ਕੰਡੀਸ਼ਨ ਦੀ ਗੱਡੀ ਹੈ ਇੱਕ ਘੱਟ ਗੱਡੀ ਚੱਲੀ ਹੈ ਜੀ ਤੇ ਮਾਲਕ ਦਾ ਨੰਬਰ ਸਕਰੀਨ ਤੇ ਜੀ ਨੋਟ ਕਰ ਲਓ ਨੰਬਰ ਹੈ ਜੀ 84273 65947 ਤੇ ਨੈਕਸਟ ਆਪਣੇ ਕੋਲ ਸਕੋਰਪੀਓ ਗੱਡੀ ਪਹੁੰਚੀ ਹੈ ਜੀ ਸਕੋਰਪੀਓ ਗੱਡੀ ਹੈ 2006 ਮਾਡਲ ਤੇ ਡੇਰਾ ਬੱਬਨ ਨਾਨਕ ਮਾਲਕਬੀਰ ਦੇਰੀਆ ਗੁਰਦਾਸਪੁਰ ਡਿਸਟ੍ਰਿਕਟੋਂ ਤੇ ਵਧੀਆ ਗੱਡੀ ਹੈ ਜੀ ਹਾਂ 1 ਲੱਖ 70 ਹਜ਼ਾਰ ਮਾਲਕ ਨੇ ਡਿਮਾਂਡ ਰੱਖੀ ਹੈ ਜੀ ਤੇ ਡੀਜ਼ਲ ਤੇ ਗੱਡੀ ਹੈ ਰੰਗ ਭੈ ਠੀਕ ਹੈ ਜੀ ਟਾਇਰ ਵੀ ਠੀਕ ਨੇ ਅਲਾਈ ਲੱਗੇ ਨੇ ਬਾਕੀ ਅੰਦਰੋਂ ਠੀਕ ਪਈ ਹੈ ਗੱਡੀ ਤੇ ਪੰਜਾਬ ਨੰਬਰ ਹੈ ਬਾਕੀ ਸਕਰੈਚ ਤੇ ਹਲਕੇ ਜਿਹੇ ਡੈਂਟ ਤੁਹਾਨੂੰ ਮਿਲਣਗੇ ਜੀ ਠੀਕ ਹੈ ਜੀ ਤੇ ਗੱਡੀ ਦੀ ਡਿਮਾਂਡ ਹੈ 170000 ਮਾਲਕ ਦਾ ਨੰਬਰ ਸਕਰੀਨ ਤੇ ਹੈ ਜੀ ਨੋਟ ਕਰ ਲਓ ਨੰਬਰ ਹੈ ਜੀ 98141 3557 ਫੋਨ ਕਰ ਲਓ ਇਹਨਾਂ ਨੂੰ ਜਾ ਕੇ ਦੇਖ ਲਓ ਤੇ ਡੀਲ ਗੱਡੀ ਦੀ ਕਰ ਸਕਦਾ ਹਾਂ ਜੀ ਤੇ ਅਗਲੀ ਗੱਡੀ ਆਪਣੇ ਕੋਲ ਜਨ ਪਹੁੰਚੀ ਹੈ ਬ੍ਰਿੰਗ ਨਾਬੇ ਏਰੀਆ ਚੋਂ 1997 ਮਾਡਲ ਗੱਡੀ ਹੈ ਪਾਸਿੰਗ ਆ ਤੇ ਮੈਦੀ ਤੇ ਗੱਡੀ ਠੀਕ ਪਈ ਆ ਜੀ ਟਾਇਰ ਵਧੀਆ ਨਹੀਂ ਤੇ ਏਸੀ ਵੀ ਚੱਲਦਾ ਜੀ ਸੀਟ ਕਵਰ ਵੀ ਵਧੀਆ ਨਹੀਂ ਮੈਟਿੰਗ ਵੀ ਵਧੀਆ 48 ਹੱਡ ਮੰਗਿਆ ਜੀ ਤੇ ਗੱਡੀ ਵਧੀਆ ਜੀ ਕਿਸੇ ਪਾਸੋਂ ਕੋਈ ਦਿੱਕਤ ਨਹੀਂ ਚੰਡੀਗੜਾ ਨੰਬਰ ਹੈ ਜੀ ਕਿਸੇ ਵੀ ਨੇ ਗੱਡੀ ਖਰੀਦਣੀ ਹੋਵੇ ਤਾਂ ਮਾਲਕ ਨੂੰ ਫੋਨ ਕਰ ਸਕਦੇ ਹਾਂ ਮਾਲਕ ਦਾ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਜੀ ਨੰਬਰ ਹੈ 83606 14849 ਇਹਨਾਂ ਨੂੰ ਫੋਨ ਕਰ ਲਿਓ ਤੁਸੀਂ ਤੇ ਜਾ ਕੇ ਦੇਖ ਲਿਓ ਤੇ ਜਾ ਕੇ ਦੇਖ ਕੇ ਡੀਲ ਗੱਡੀ ਦੀ ਕਰ ਲਓ ਜੀ ਬਾਕੀ ਹੁਣ ਦੱਸੋ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਨਾਲ ਇੱਕ ਬੈਲ ਆਈਕਨ ਹੈ ਸਬਸਕ੍ਰਾਈਬ ਬਟਨ ਦੇ ਨਾਲ ਉਹਨੂੰ ਜ਼ਰੂਰ ਕਲਿੱਕ ਕਰ ਦਿਓ ਆਲ ਤੇ ਸੈੱਟ ਕਰਕੇ ਤੇ ਇੱਕ ਗੱਲ ਹੋਰ ਜੀ ਕਿਸੇ ਵੀ ਨੇ ਐਡ ਕਰਾਉਣੀ ਹੋਂਦੀ ਆ ਤਾਂ ਜਿਹੜਾ ਰੇਟ ਆਉ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜਿਆ ਕਰੋ ਜੀ ਜ਼ਿਆਦਾ ਰੇਟ ਲਾ ਕੇ ਨਾ ਭੇਜਿਆ ਕਰੋ ਬਾਕੀ ਹੁਣ ਦੋ ਜੀ ਇਜਾਜ਼ਤ ਮਿਲਦੇ ਆ ਜੀ ਜਲਦੀ ਇਸੇ ਤਰ੍ਹਾਂ ਦੀ ਇੱਕ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਦੇ ਨਾਲ ਜੀ ਜੁੜੇ ਰਹੋ ਜੀ ਆਪਣੇ ਚੈਨਲ ਦੇ ਨਾਲ ਆਪਣੇ ਪਰਿਵਾਰਕੀ ਰਹੋ ਤੇ ਦੇਖਦੇ ਰਹੋ ਜੀ ਆਪਣਾ ਚੈਨਲ ਜੀ